ਮਸ਼ਹੂਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਜਿੰਨਾ ਵੀ ਕੈਂਡੀਡੇਟ 2021 ਵਿੱਚ ਅੰਗਣਵਾੜੀ ਸੁਪਰਵਾਈਜ਼ਰ ਦੀਆਂ ਪੋਸਟਾਂ ਨੂੰ ਫਿਲ ਕੀਤਾ ਸੀ ਉਹਨਾਂ ਵਾਸਤੇ ਇਹ ਕਾਫੀ ਇੰਪੋਰਟੈਂਟ ਜਿਹੜੀ ਨਿਊਜ਼ ਪ੍ਰੈਸਰਸ ਵੀ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਅੰਗਣਵਾੜੀ ਦਾ ਐਗਜ਼ਾਮ ਦੀ ਕਾਫੀ ਟਾਈਮ ਤੋਂ ਬੱਚੇ ਵੇਟ ਕਰ ਰਹੇ ਸੀ ਇੱਥੇ ਇਹਨਾਂ ਨੇ ਮੈਂਸ਼ਨ ਕਰ ਦਿੱਤਾ ਹੈ ਜਨਤਕ ਨੋਟਿਸ ਵਿੱਚ ਠੀਕ ਹੈ ਜਿੱਥੇ ਕਿ ਇਸ਼ਤਿਹਾਰ ਨੰਬਰ 7 2021 ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਪਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਵਿੱਚ ਸੁਪਰਵਾਈਜ਼ਰ ਦੀਆਂ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਮਿਤੀ ਜਿਹੜੀ 25 9 2022 ਦਿਨ ਐਤਵਾਰ ਨੂੰ ਨਿਸ਼ਚਿਤ ਕੀਤੀ ਜਾਂਦੀ ਹੈ। ਮਤਲਬ ਕਿ ਜਿੰਨਾ ਵੀ ਕੈਂਡੀਡੇਟ ਨੇ ਜੰਗਨਵਾਰੀ ਸੁਪਰਵਾਈਜ਼ਰ ਦੀ ਪੋਸਟ ਵਾਸਤੇ ਅਪਲਾਈ ਕੀਤਾ ਸੀ ਉਹਨਾਂ ਦਾ ਜਿਹੜਾ ਐਗਜ਼ਾਮ ਹੋਵੇਗਾ ਉਹ 25 9 2022 ਦਿਨ ਐਤਵਾਰ ਨੂੰ ਐਗਜ਼ਾਮ ਹੋਵੇਗਾ। ਉਮੀਦਵਾਰਾਂ ਦੇ ਐਡਮਿਟ ਕਾਰਡ ਬਾਅਦ ਵਿੱਚ ਬੋਰਡ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੇ ਜਾਣਗੇ। ਹੁਣ ਜਿਹੜੇ ਐਡਮਿਟ ਕਾਰਡ ਆਉਣਗੇ ਇਹ ਦੁਬਾਰੇ ਕੋਈ ਨੋਟੀਫਿਕੇਸ਼ਨ ਪਾਉਣਗੇ ਇਹਨਾਂ ਦੀ ਅਫੀਸ਼ਲ ਵੈਬਸਾਈਟ ਉੱਤੇ ਡੋਂਟ ਭਰੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਸ ਬਾਰੇ ਵੀ ਮੈਂ ਪੂਰੀ ਇਨਫੋਰਮੇਸ਼ਨ ਦੇ ਦੇਵਾਂਗਾ ਜਦੋਂ ਇਹਨਾਂ ਦੇ ਐਡਮਿਟ ਕਾਰਡ ਜਾਰੀ ਹੋ ਜਗੇ ਓਕੇ ਤੇ ਕਾਫੀ ਬੱਚੇ ਹਲੇ ਵੀ ਛੜ ਦਿੱਤੀ ਸੀ ਤਿਆਰੀ ਮਤਲਬ ਐਗਜ਼ਾਮ ਦੀ ਤੇ ਕਈ ਬੱਚਿਆਂ ਦੀ ਤਿਆਰੀ ਵੀ ਨਹੀਂ ਹੋ ਸਕੇ ਹੋਵੇਗੀ ਕਿਉਂਕਿ ਕਾਫੀ ਡਿਲੇ ਹੋ ਗਿਆ ਇਹ ਐਗਜ਼ਾਮ اے حلوی کئی بچے ਜੇ تیاری کرنا ਚਾਹੁੰਦੇ ਨੇ ਤਾਂ ਬੁੱਕ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਉੱਥੇ ਜਾ ਕੇ ਬੁੱਕ ਬਾਈ ਕਰ ਲਓ ਮਿੰਨਾ ਲਗਭਗ ਹੈ ਤੁਹਾਡੇ ਕੋਲੇ ਮਹੀਨੇ ਦੇ اندر ਜਿੰਨੀ تیاری ਹੋ ਸਕਦੀ ਹੈ ਤਾਂ ਕਰ ਸਕਦੇ ਹੋ ਬਾਕੀ ਜਿਆਦਾ ਟਫ ਸਿਲੇਬਸ ਨਾ ਤਾਂ ਸੀਖ ਤੇ ਨਾ ਹੀ ਜਿਆਦਾ ਟਫ ਇਗਜ਼ਾਮ ਹੋਵੇਗਾ ਮਿੰਨਾ ਕੁ ਜੇ 4-5 ਘੰਟੇ ਕੱਢ ਕੇ ਆਪਣੇ ਦਿਨ ਵਿੱਚੋਂ ਪੜ ਲਓਗੇ ਤਾਂ इजीली ਤੁਹਾਡਾ ਇਗਜ਼ਾਮ ਜਿਹੜਾ ਇੱਕ ਟੈਕ ਹੋ ਜਾਵੇਗਾ ਓਕੇ ਬੁੱਕ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਚਾਹੋ ਤਾਂ ਬਾਈ ਕਰ ਸਕਦੇ ਹੋ